ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਪਹੁੰਚਿਆ ਈਸ਼ਰ ਹਰੀ ਸਟੱਡ ਫਾਰਮ 'ਤੇ, ਪਿੰਡ ਮਹੌਲੀ ਕਲਾਂ, ਡਿਸਟ੍ਰਿਕਟ ਸੰਗਰੂਰ। ਇਸ ਫਾਰਮ ਦੇ ਓਨਰ ਬਾਬਾ ਜੋਗਾ ਸਿੰਘ ਜੀ ਸੀਗੇ, ਜੋ ਕਿ ਇੱਕ ਹੋਰਸ ਲਵਰ ਸੀਗੇ। ਅਤੇ ਬਾਬਾ ਜੋਗਾ ਸਿੰਘ ਜੀ ਕਿਸੇ ਦੁਰਘਟਨਾ ਕਾਰਨ ਇਸ ਦੁਨੀਆ ਤੋਂ ਚਲੇ ਗਏ। ਉਹਨਾਂ ਦੇ ਇਸ ਘੋੜਿਆਂ ਦੇ ਸ਼ੌਂਕ ਨੂੰ ਅੱਗੇ ਵਧਾ ਰਹੇ ਆ ਬਾਬਾ ਹਰਜੀਤ ਸਾਮਰਾ ਜੀ, ਜੋ ਕਿ ਘੋੜਿਆਂ ਨੂੰ ਬਹੁਤ ਪਿਆਰ ਕਰਦੇ ਆ ਅਤੇ ਘੋੜਿਆਂ ਦਾ ਸ਼ੌਂਕ ਰੱਖਦੇ ਆ। ਅਤੇ ਅੱਜ ਗੱਲ ਕਰਾਂਗੇ ਬਾਬਾ ਹਰਜੀਤ ਸਾਮਰਾ ਜੀ ਨਾਲ, ਅਤੇ ਨਾਲੇ ਗੱਲ ਕਰਾਂਗੇ ਬਾਬਾ ਜੀ ਦੇ ਰੱਖੇ ਘੋੜਿਆਂ ਬਾਰੇ। ਇਸ ਫਾਰਮ 'ਤੇ ਪੰਜਾਬ ਦਾ ਹੀ ਨਹੀਂ ਬਲਕਿ ਇੰਡੀਆ ਦਾ ਸਭ ਤੋਂ ਵੱਡਾ ਮਜੂਕੇ ਲਾਈਨ ਦਾ ਸਟਾਲੀਅਨ ਪਟਵਾਰੀ, ਜਿਹੜਾ ਟੈਂਕ ਦਾ ਬੱਚਾ ਆ, ਉਸ ਘੋੜੇ ਬਾਰੇ ਗੱਲਬਾਤ ਕਰਾਂਗੇ, ਅਤੇ ਟੈਂਕ ਬਾਰੇ ਵੀ ਗੱਲਬਾਤ ਕਰਾਂਗੇ, ਅਤੇ ਘੋੜੇ ਦਲ ਸ਼ਿੰਗਾਰ ਬਾਰੇ ਵੀ ਗੱਲਬਾਤ ਕਰਾਂਗੇ। ਅਤੇ ਬਾਬਾ ਜੀ ਹੁਣਾਂ ਕੋਲ ਜਿਹੜੇ ਹੋਰ ਆਲਾ ਕੁਆਲਿਟੀ ਦੇ ਚੰਗੇ ਜਾਨਵਰ ਆ, ਉਹ ਵੀ ਤੁਹਾਨੂੰ ਇਸ ਵੀਡੀਓ 'ਚ ਵਿਖਾਵਾਂਗੇ। ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ। ਸਤਿ ਸ਼੍ਰੀ ਅਕਾਲ ਬਾਬਾ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਰਾਜ ਫੋਟੋਗ੍ਰਾਫੀ ਦੇ। ਬਾਬਾ ਜੀ, ਇਸ ਫਾਰਮ ਨੂੰ ਬਣੇ ਕਿੰਨਾ ਕੁ ਸਮਾਂ ਹੋ ਗਿਆ? ਇਹ ਯਾਨੀ ਕਿ ਜੀ ਫਾਰਮ ਬਣੇ ਨੂੰ ਤਾਂ ਕਾਫੀ ਟਾਈਮ ਹੋ ਗਿਆ ਜੀ। ਯਾਨੀ ਕਿ ਇਹਨੂੰ 13-14-15 ਸਾਲ ਦੇ ਗੇੜ ਦੇ ਵਿੱਚ, ਯਾਨੀ ਕਿ ਇਹ ਹੌਲੀ ਹੌਲੀ ਪਹਿਲਾਂ ਉੱਧਰ ਸੀਗਾ, ਯਾਨੀ ਕਿ ਥੋੜ੍ਹਾ ਥੋੜ੍ਹਾ ਕਰਕੇ ਚੇਂਜ ਹੁੰਦਾ ਗਿਆ। ਠੀਕ ਹੈ ਜੀ, ਹਾਂਜੀ। ਅੱਛਾ, ਇਸ ਫਾਰਮ ਦੀ ਬਈ ਸਥਾਪਨਾ ਕਿਹਨੇ ਕੀਤੀ ਸੀਗੀ? ਇਹਦੀ ਫਾਰਮ ਦੀ ਸਥਾਪਨਾ ਬਾਬਾ ਜੋਗਾ ਸਿੰਘ ਜੀ। ਠੀਕ ਹੈ ਜੀ, ਬਾਬਾ ਜੋਗਾ ਸਿੰਘ, ਬਾਬਾ ਜੋਗਾ ਸਿੰਘ ਜੀ, ਬਾਬਾ ਮੋਹਨ ਸਿੰਘ ਜੀ, ਇਸ ਸੰਪਰਦਾਇ ਦੇ ਸੰਪਰਦਾ ਤੇ ਜੋ ਇਸ ਟਾਈਮ ਇੱਥੇ ਦੇ ਮੁਖੀ ਨੇ ਜੀ, ਉਹਨਾਂ ਨੇ ਸਥਾਪਿਤ ਕੀਤਾ। ਹਾਂਜੀ ਹਾਂਜੀ, ਤਕਰੀਬਨ ਯਾਨੀ ਕਿ ਜ਼ਿਆਦਾਤਰ 5 ਸਾਲ ਹੋ ਚੁੱਕੇ ਨੇ ਆਹ ਫਾਰਮ ਬਣੇ ਨੂੰ, ਇਸ ਫਾਰਮ ਨੂੰ ਬਣੇ। ਹਾਂਜੀ ਹਾਂਜੀ, ਪਹਿਲਾਂ ਉੱਧਰਲੀ ਸਾਈਡ ਸੀਗਾ, ਉਸ ਹਿਸਾਬ ਨਾਲ ਸੀ। ਇਹ ਹੁਣ ਜਿਉਂ ਜਿਉਂ ਯਾਨੀ ਕਿ ਦਿਨ ਚਾਹੀਦੇ ਨੇ ਕੋਈ ਨਾ ਕੋਈ ਚੀਜ਼ ਉਹ ਨਵੀਂ, ਜੋ ਬਾਬਾ ਜੋਗਾ ਜੀ। ਠੀਕ ਹੈ। ਅੱਛਾ, ਬਾਬਾ ਜੋਗਾ ਸਿੰਘ ਜੀ ਨੂੰ ਸ਼ੌਂਕ ਸੀ ਘੋੜਿਆਂ ਦਾ? ਹਾਂਜੀ ਹਾਂਜੀ, ਇੱਕ ਘੋੜਾ ਪ੍ਰੇਮੀ ਸੀਗੇ। ਹਾਂਜੀ ਹਾਂ, ਉਹਨਾਂ ਨੂੰ ਬਹੁਤ ਸ਼ੌਂਕ ਸੀਗਾ। ਅੱਛਾ, ਤੇ ਵੀ ਕਿਸੇ ਦੁਰਘਟਨਾ 'ਚ ਉਹਨਾਂ ਦੀ ਹੈ ਨਾ ਡੈਥ ਹੋ ਗਈ? ਹਾਂਜੀ ਹਾਂ, ਇਸ ਦੁਨੀਆ 'ਚੋਂ ਨਹੀਂ ਹੈਗੇ। ਹਾਂਜੀ ਹਾਂ, ਇਸ ਟਾਈਮ ਸਾਡੇ 'ਚ। ਅਤੇ ਅੱਛਾ, ਉਹਨਾਂ ਤੋਂ ਬਾਅਦ ਜਿਹੜੀ ਇਹ ਫਾਰਮ ਦੀ ਵਾਗਡੋਰ ਆ, ਤੁਸੀਂ ਆਪਣੇ ਹੱਥਾਂ 'ਚ ਲੈ ਲਈ? ਹਾਂਜੀ ਹਾਂਜੀ, ਬਾਬਾ ਜੀ ਨਾਲ ਨੇ ਗਏ, ਉਹਨਾਂ ਨੇ ਯਾਨੀ ਕਿ ਆਪਾਂ ਸੇਵਾ ਕਰਦੇ ਆ। ਬਿਲਕੁਲ ਜੀ, ਉਹਨਾਂ ਦੀ ਤੇ। ਅੱਛਾ, ਉਸ ਤੋਂ ਬਾਅਦ ਤੁਸੀਂ ਸਾਂਭ ਕਰਦੇ ਹੋ ਘੋੜਿਆਂ ਦੀ? ਠੀਕ ਹੈ ਜੀ। ਅੱਛਾ, ਅਤੇ ਬਾਈ ਜੀ, ਇਸ ਵਕਤ ਆਪਣੇ ਵੀ ਫਾਰਮ 'ਤੇ ਟੋਟਲ ਕਿੰਨੇ ਜਾਨਵਰ ਹੈ ਜੀ? ਆਪਣੇ ਇੱਥੇ ਹੈਗੇ 10 ਜਾਨਵਰ। 10 ਜਾਨਵਰ, ਅਤੇ 10 'ਚ ਘੋੜੀਆਂ ਕਿੰਨੀਆਂ ਅਤੇ ਬੱਚੇ ਵੀ ਬਛੇਰੀਆਂ ਬਛੇਰੇ ਕਿੰਨੇ ਆ ਜੀ? 10 ਵਿੱਚ ਇੱਕ ਤਾਂ ਪਟਵਾਰੀ ਘੋੜਾ ਜੀ, ਜੀ ਇੱਕ ਬਛੇਰਾ ਜੀ, ਜੀ ਅਤੇ 8 ਘੋੜੀਆਂ ਨੇ। ਠੀਕ ਹੈ ਜੀ, 8 ਘੋੜੀਆਂ ਜੀ। ਠੀਕ ਹੈ, ਮੇਨ ਮੋਢੀ ਵੀ ਸਾਨ ਘੋੜਾ ਪਟਵਾਰੀ ਹੋਈ ਆ? ਹਾਂਜੀ ਹਾਂਜੀ, ਪਟਵਾਰੀ। ਠੀਕ ਹੈ ਜੀ, ਪਟਵਾਰੀ। ਆਪਾਂ ਹੁਣ ਗੱਲ ਜਿਹੜੀ ਕਰਦੇ ਹਾਂ ਪਟਵਾਰੀ ਤੋਂ ਹੀ ਕਰਦੇ ਹਾਂ ਸ਼ੁਰੂ। ਜਿਹੜਾ ਪਟਵਾਰੀ ਘੋੜਾ ਜੀ, ਇਹ ਕਿੱਥੇ ਬਰੀਡ ਹੋਇਆ? ਇਹ ਚੜਾਹਾ ਪਿੰਡ ਆ ਜੀ। ਚੜਾਹਾ ਪਿੰਡ? ਹਾਂਜੀ, ਆਪਣੇ ਕੋਲ ਇਹਦਾ ਪਿਓ ਸੀਗਾ ਟੈਂਕ ਜੀ, ਜੀ ਉਹ ਆਪਣੇ ਕੋਲ ਸੀਗਾ। ਠੀਕ ਹੈ ਜੀ, ਅਤੇ ਇੱਥੇ ਉਹ ਆਪਣੇ ਜੜਾਹੇ ਕੋਲ, ਉੱਥੇ ਯਾਨੀ ਕਿ ਇਹਦਾ ਪਟਵਾਰੀ ਦਾ ਜਨਮ ਹੈ ਜਿਹੜਾ ਜੜਾਹੇ ਪਿੰਡ ਹੋਇਆ। ਜੜਾਹੇ ਪਿੰਡ? ਜੜਾਹੇ ਪਿੰਡ ਕਿੰਨਾ ਕੋਲ ਜੀ? ਜੜਾਹੇ ਪਿੰਡ ਅਹਿਮਦਗੜ੍ਹ ਤੋਂ 12-13 ਕਿਲੋਮੀਟਰ 'ਤੇ ਆ। ਠੀਕ ਹੈ ਜੀ, ਹਾਂਜੀ। ਠੀਕ ਹੈ ਬਈ, ਕਿਸੇ ਘਰੇ ਹੋਇਆ ਕਿ ਫਾਰਮ ਵਗੈਰਾ ਸੀਗਾ ਜੀ? ਨਾ, ਘਰ ਸੀ, ਉਹ ਮੁੰਡੇ ਦੇ ਰੱਖੇ, ਘਰੇ ਰੱਖੇ ਹੋਏ, ਘਰੇ ਰੱਖੇ ਸੀਗੇ। ਠੀਕ ਹੈ ਜੀ। ਅੱਛਾ, ਅਤੇ ਇਹ ਇਹਦੇ ਜਿਹੜਾ ਪਟਵਾਰੀ ਦਾ ਪਿਓ ਟੈਂਕ ਸੀਗਾ? ਹਾਂਜੀ, ਪਟਵਾਰੀ ਦਾ ਪਿਓ ਟੈਂਕ। ਟੈਂਕ ਆਪ ਕਿਹੜੇ ਘੋੜੇ ਦਾ ਸੀਗਾ ਜੀ? ਉਹ ਐਡਮ ਘੋੜੇ ਦਾ ਸੀਗਾ। ਐਡਮ ਦਾ, ਮੱਝੂ ਕਹਿੰਦੇ ਵੱਡੇ ਘੋੜੇ ਦਾ? ਹਾਂਜੀ ਹਾਂਜੀ। ਠੀਕ ਹੈ ਜੀ। ਅੱਛਾ, ਅਤੇ ਇਹਦੀ ਹੁਣ ਪਟਵਾਰੀ ਦੀ ਉਮਰ ਕਿੰਨੀ ਹੋ ਗਈ ਜੀ? ਇਹਦੀ 5 ਸਾਲ ਦੀ ਉਮਰ। 5 ਸਾਲ ਉਮਰ ਹੋ ਗਈ। ਠੀਕ ਹੈ। ਅੱਛਾ, ਤੁਸੀਂ ਇਹ ਬੱਚਾ ਖਰੀਦਿਆ ਸੀ ਜੀ? ਹਾਂਜੀ ਹਾਂਜੀ, ਇਹ 6 ਮਹੀਨਿਆਂ ਦਾ ਸੀ ਜਦੋਂ ਆਪਾਂ। ਅੱਛਾ, ਅਤੇ ਮਾਂ ਮਗਰ ਲਿਆਂਦਾ ਸੀਗਾ? ਇਹਦੀ ਮਾਂ ਬਾਅਦ ਚੋਂ ਲਈ ਸੀ। ਅੱਛਾ, ਮਾਂ ਇਹਦੀ ਬਾਅਦ? ਪਹਿਲਾਂ ਜਦ ਆਪਾਂ ਇਹ ਬੱਚਾ ਹੀ ਸੀਗਾ, ਇਕੱਲਾ ਬੱਚਾ ਹੀ ਲਿਆ ਸੀਗਾ। ਪਹਿਲਾਂ ਤੁਸੀਂ ਇਕੱਲਾ ਬੱਚਾ ਹੀ ਲਿਆ? ਹਾਂਜੀ ਹਾਂ। ਠੀਕ ਹੈ ਜੀ। ਅੱਛਾ, ਪਿਓ ਸਾਈਡ ਤੋਂ ਟੈਂਕ ਦਾ ਬੱਚਾ? ਹਾਂਜੀ ਹਾਂਜੀ। ਠੀਕ ਹੈ ਜੀ। ਅੱਛਾ, ਅਤੇ ਹਾਈਟ ਇਹਦੀ 70 ਇੰਚ ਆ ਜੀ? 70 ਇੰਚ ਕਿ 70 ਤੋਂ ਵੀ ਬਾਹਰ ਹੈ ਜੀ? ਨਹੀਂ, 70 ਇੰਚ ਜਿਹੜੀ ਕਿ ਆਪਾਂ ਕਹਿੰਦੇ 70 ਇੰਚ ਤਾਂ ਵਿਦ ਸਕੇਲ ਜੀ। ਹਾਂਜੀ ਹਾਂ। ਠੀਕ ਹੈ ਜੀ। ਅੱਛਾ, ਹੁਣ ਕਲਰ ਜਿਹੜਾ ਇਹਦਾ ਗ੍ਰੇ ਆ, ਵੀ ਡੈਪਲ ਸ਼ੇਡ ਕਹਿ ਸਕਦੇ ਆਪਾਂ। ਹਾਂਜੀ ਹਾਂਜੀ, ਵੀ ਇਹ ਹੁਣ ਗਾਂ ਜਾ ਕੇ ਬਈ ਇਹਨੇ ਹੌਲੀ ਹੌਲੀ ਜਿਉਂ ਜਿਉਂ ਇਹਨਾਂ ਦੀ ਉਮਰ ਹੋਈ ਜਾਣੀ ਆ, ਜਿਉਂ ਜਿਉਂ ਵਧੀ ਜਾਣਾ, ਇਹਦਾ ਰੰਗ ਜਿਹੜਾ ਬਿਲਕੁਲ ਸਫੇਦ ਹੁੰਦਾ ਜਾਣਾ ਗਾ। ਠੀਕ ਹੈ ਜੀ, ਵੀ ਜਿਵੇਂ ਐਡਮ ਦਾ ਸੀਗਾ ਜਾਂ ਟੈਂਕ ਦਾ ਸੀ? ਐਡਮ ਦਾ ਸੀ ਜਾਂ ਫਤਿਹ ਦਾ, ਫੌਜੀ ਦਾ? ਬਿਲਕੁਲ ਜੀ, ਬਿਲਕੁਲ। ਜਿੱਕਣ ਬਾਪ ਦਾ ਵੀ ਟੈਂਕ ਦਾ ਸੀਗਾ, ਬਿਲਕੁਲ ਮੱਝੂ ਕੇ ਲਾਈਨ ਆ, ਪਿਓਰ ਖਾਨਦਾਨ ਆ। ਹਾਂਜੀ ਹਾਂਜੀ। ਤੇ ਜਿਹੜੀ ਇਹਦੀ ਮਦਰ ਸਾਈਡ ਆ, ਮਾਂ ਸਾਈਡ, ਮਾਂ ਕਿਹੜੇ ਘੋੜੇ ਦੀ ਆ ਜੀ? ਮਾਂ ਜੀ ਅਰਜਨ ਘੋੜੇ ਦੀ ਆ, ਪੱਟੀਆਂ ਵਾਲੇ ਘੋੜੇ, ਪੱਟੀਆਂ ਵਾਲੇ ਨੀਲੇ ਦੀ। ਹਾਂਜੀ। ਇਹਨੂੰ ਹੁਣ ਘੋੜੀਆਂ ਤੇ ਛੱਡਣ ਲੰਘ ਗਏ ਜੀ? ਹਾਂਜੀ ਹਾਂ। ਅੱਛਾ, ਘੋੜੀਆਂ ਤੇ ਕਦੋਂ ਤੋਂ ਛੱਡਣਾ ਸ਼ੁਰੂ ਕਰਤਾ ਸੀ ਜੀ? ਇਹ ਯਾਨੀ ਕਿ ਆਪਾਂ ਪਿਛਲੇ ਸਾਲ ਤੋਂ ਇਹਨੂੰ ਛੱਡਣਾ ਸ਼ੁਰੂ ਕਰਤਾ ਸੀਗਾ। ਅੱਛਾ, ਹੁਣ ਤੱਕ ਕਿੰਨੀਆਂ ਘੋੜੀਆਂ ਕੰਸੀਵ ਕਰਤੀਆਂ ਨੇ? ਕਾਫੀ ਘੋੜੀਆਂ ਕੰਸੀਵ ਕਰਾਤੀਆਂ ਹੁਣ ਤਾਂ, ਯਾਨੀ ਕਿ 22-23 ਬੱਚੇ ਵੀ ਆ ਗਏ, ਬਹੁਤ ਬੱਚੇ ਬੱਚੇ ਚੰਗੇ ਆ ਰਹੇ ਆ। ਹਾਂਜੀ, ਬੱਚੇ ਬਹੁਤ ਸੋਹਣੇ ਆ ਰਹੇ ਆ। ਕਿਹੜੀ ਕਿਹੜੀ ਮਾਰਕਿੰਗ ਦੇ ਬੱਚੇ ਆ ਰਹੇ ਆ? ਬੱਚੇ ਯਾਨੀ ਕਿ ਕੁਵੈਤ ਤੇਲੀਆ, ਕੁਵੈਤ ਦੇ ਵੀ ਆ ਰਹੇ ਨੇ ਜੀ, ਨੀਲੇ ਤਾਂ ਨੀਲੇ ਵੀ ਨੇ, ਹਾਂਜੀ ਕਾਲੀ ਵੀ, ਸ਼ੇਰੀ ਵੀ ਆ, ਯਾਨੀ ਕਿ ਹਰੇਕ ਰੰਗ ਦੇ ਬੱਚੇ ਜਿਹੜੇ ਆ ਦੇ ਰਿਹਾ ਆ। ਘੋੜੀਆਂ ਦੇ ਛੱਡਣ ਦੀ ਕਿੰਨੀ ਫੀਸ ਰੱਖੀ ਆ? ਇਹਦੀ ਆਪਣੀ 41,000 ਰੁਪਏ, 41,000 ਰੁਪਏ ਫਿਕਸ ਪ੍ਰਾਈਸ ਹੈ? ਹਾਂਜੀ ਹਾਂ। ਠੀਕ ਹੈ। ਅੱਛਾ, ਹੁਣ
ਸਾਰੇ ਏਰੀਆ 'ਚ ਘੋੜੀਆਂ ਤਾਂ ਆਉਂਦੀਆਂ ਨੇਗੀਆਂ, ਲਹਿਦਾ ਜੁਰਮ ਬਰੇਡ ਸਾਰੇ ਕਿਤੇ ਘੋੜੀਆਂ ਆਉਂਦੀਆਂ ਨੇ, ਕੋਈ ਐਂ ਨਹੀਂ ਵੀ ਇੱਕ ਥਾਵਾਂ ਕੋਈ ਕਿਤੋਂ ਕੋਈ ਕਿਤੋਂ ਬਾਹਰੋਂ ਅੰਦਰ ਦੂਰੋਂ ਆਉਂਦੀਆਂ ਨੇ ਘੋੜੀ। ਠੀਕ ਹੈ। ਅੱਛਾ, ਬਾਕੀ ਜਿਹੜੇ ਬੰਦੇ ਬਾਹਰੋਂ ਆਉਂਦੇ ਉਹਨਾਂ ਵਾਸਤੇ ਪ੍ਰਬੰਧ ਪੂਰਾ? ਹਾਂਜੀ ਹਾਂ। ਅੱਛਾ, ਰਹਿਣ ਵਾਸਤੇ? ਹਾਂਜੀ। ਠੀਕ ਹੈ। ਅਤੇ ਹੁਣ ਆਪਾਂ ਤੁਹਾਨੂੰ ਪਟਵਾਰੀ ਦਾ ਰਿਜ਼ਲਟ ਵੀ ਵਿਖਾਵਾਂਗੇ। ਅੱਛਾ ਬਾਈ, ਬਸ਼ੇਰੀ ਹੈ ਆਪਣੇ ਕੋਲੇ? ਹਾਂਜੀ ਹਾਂ, ਬਸ਼ੇਰੀ ਹੈ ਪਟਵਾਰੀ ਦੀ। ਠੀਕ ਹੈ। ਅਤੇ ਉਹਦੀ ਜਿਹੜੀ ਉਹਦੀ ਮਾਂ, ਉਹ ਵੀ ਨੀਲੀ ਹੈ ਬਾਈ? ਹਾਂਜੀ ਹਾਂਜੀ, ਉਹ ਨੀਲੀ ਹੈ ਜੀ। ਅੱਛਾ, ਅਤੇ ਨੂਰਾਂ ਦੀ ਬਸ਼ੇਰੀ ਆ। ਨੂਰਾਂ ਦੀ ਬਸ਼ੇਰੀ ਪਿਆ ਉਹਦਾ ਦਲ ਸ਼ਿੰਗਾਰ ਹੈ। ਦਲ ਸ਼ਿੰਗਾਰ। ਅੱਛਾ ਬਾਈ, ਦਲ ਸ਼ਿੰਗਾਰ ਘੋੜਾ ਕਦੋਂ ਸੀਗਾ ਆਪਣੇ ਕੋਲੇ, ਕਿੰਨਾ ਕੁ ਸਮਾਂ ਹੋ ਗਿਆ ਆਪਣੇ ਕੋਲੇ? ਜੀ ਉਹ 2009 ਤੋਂ ਆਪਣੇ ਕੋਲੇ ਸੀਗਾ, 2017 ਤੱਕ ਆਪਣੇ ਕੋਲੇ ਰਿਹਾ ਜੀ। ਠੀਕ ਹੈ, 2017 ਤੱਕ। ਉਹ ਕਿਹੜੇ ਘੋੜੇ ਦਾ ਬੱਚਾ ਸੀ ਜੀ? ਉਹ ਆਲੀਸ਼ਾਨ ਦਾ ਪੁੱਤ ਸੀ, ਰੋਹਿਤ ਵਾਲੇ ਦਾ। ਰੋਹਿਤ ਗੜਵਾਲੇ ਦਾ, ਆਲੀਸ਼ਾਨ ਦਾ? ਹਾਂਜੀ ਹਾਂ। ਠੀਕ ਹੈ ਜੀ। ਹਾਂਜੀ। ਅਤੇ ਉਹ ਫਿਰ ਕਿੱਥੇ ਚਲਾ ਗਿਆ ਜੀ, ਕਿੱਥੇ ਵੇਚਿਆ ਤੁਸੀਂ ਉਹਨੂੰ? ਉਹ ਆਪਣੇ ਰਿਲਾਇੰਸ ਵਾਲੇ ਲੈ ਗਏ ਸੀਗੇ ਜੀ। ਠੀਕ ਹੈ ਜੀ। ਜਦੋਂ ਦੁੱਧ ਧੰਦੇ ਦੇ ਵਿੱਚ ਵੀ ਉਹ ਫਸਟ ਸੀਗਾ ਜੀ। ਜੀ। 2017 ਦੇ ਵਿੱਚ ਵੀ ਜਗਰਾਮਾ ਸ਼ੋਅ ਹੋਇਆ ਸੀਗਾ ਜੀ, ਉੱਥੇ ਵੀ ਉਹ ਫਸਟ ਸੀ। ਠੀਕ ਹੈ। ਉਦੋਂ ਬਾਅਦ ਦੇ ਵਿੱਚ ਉਹ ਲੈ ਗਏ ਸੀਗੇ ਰਿਲਾਇੰਸ ਲੈ ਗਏ ਸੀਗੇ। ਅਤੇ ਜਿਹੜਾ ਆਪਣੇ ਕੋਲ ਟੈਂਕ ਸੀਗਾ? ਹਾਂਜੀ, ਟੈਂਕ ਆਪਾਂ ਤੋਂ ਸਲਮਾਨ ਖਾਨ ਲੈ ਗਿਆ ਸੀ। ਠੀਕ ਹੈ ਜੀ। ਅਤੇ ਟੈਂਕ ਕਿੱਥੇ ਬਰੀਡ ਹੋਇਆ ਸੀ ਜੀ? ਟੈਂਕ ਝਨੇਰ ਪਿੰਡ ਹੋਇਆ ਸੀਗਾ ਜੀ। ਝਨੇਰ ਪਿੰਡ, ਬਜ਼ੁਰਗ ਕੋਲੇ ਸੀਗਾ। ਠੀਕ ਹੈ ਜੀ। ਯਾਨੀ ਕਿ ਉਹਦਾ ਮੈਨੂੰ ਇਹ ਤਾਂ ਪਤਾ ਨਹੀਂ ਵੀ ਕਿੱਥੇ ਉਹਦਾ ਜਨਮ ਹੋਇਆ। ਬਿਲਕੁਲ ਜੀ। ਹੈ ਨਾ ਜੀ। ਅਤੇ ਯਾਨੀ ਕਿ ਉਹ ਬਾਬਾ ਜੀ ਨੇ ਜਿਹੜੇ ਉਹਨਾਂ ਕੋਲ ਰੱਖਿਆ ਹੋਇਆ ਸੀਗਾ। ਅੱਛਾ ਜੀ। ਹਾਂਜੀ। ਅੱਛਾ, ਉਹਨਾਂ ਕੋਲੇ ਸੀਗਾ? ਹਾਂਜੀ। ਅੱਛਾ, ਉਹ ਵੀ ਬਾਈ ਰਿਲਾਇੰਸ ਵਾਲਿਆਂ ਕੋਲ ਚਲਾ ਗਿਆ? ਨਹੀਂ, ਉਹ ਆਪਣਾ ਸਲਮਾਨ ਖਾਨ। ਸਲਮਾਨ ਖਾਨ ਲੈ ਗਏ ਜੀ, ਉਹ ਲੈ ਗਏ। ਠੀਕ ਹੈ। ਪਰੀ ਦੀ ਬੱਚੀ? ਹਾਂਜੀ ਹਾਂ। ਠੀਕ ਹੈ ਜੀ। ਅਤੇ ਇਹ ਕਿੰਨੇ ਚਿਰ ਦੀ ਹੋ ਗਈ ਹੈ ਜੀ? ਇਹ ਇੱਕ ਮਹੀਨੇ ਦੀ ਹੋ ਗਈ ਜੀ। ਠੀਕ ਹੈ ਜੀ। ਇੱਕ ਮਹੀਨੇ ਦੀ ਬੱਚੀ ਹੋ ਗਈ ਹੈ। ਅੱਛਾ, ਇਹਦੇ ਮੱਥੇ ਪਟਾ ਆ ਗਿਆ ਜੀ, ਹੈ ਨਾ? ਹਾਂਜੀ, ਇਹਦੇ ਮੱਥੇ ਪਟਾ। ਅੱਛਾ ਬਾਈ ਜੀ, ਇਹਨੇ ਹੁਣ ਗ੍ਰੇਅ ਹੋ ਜਾਣੀ ਜੀ ਅੱਗੇ ਜਾ ਕੇ? ਹਾਂ, ਇਹਨੇ ਆਪਣੀ ਮਾਂ ਵਾਂਗੂ ਹੋ ਜਾਣਾ। ਠੀਕ ਹੈ। ਅੱਛਾ, ਕਿੰਨੇ ਕੁ ਸਮੇਂ ਤੱਕ ਵੀ ਇਹਦਾ ਕਲਰ ਜਿਹੜਾ ਆ ਬਲੈਕ ਰਹੇਗਾ? ਯਾਨੀ ਕਿ ਇਹ ਯਾਨੀ ਕਿ 6 ਮਹੀਨੇ ਤੋਂ ਬਾਅਦ ਹਜੇ ਤੱਕ ਇਹ ਥੋੜ੍ਹਾ ਥੋੜ੍ਹਾ ਯਾਨੀ ਕਿ ਹੁਣ ਚੇਂਜ ਹੋਣ ਲੱਗ ਜਾਣੇ ਨੇ ਹੌਲੀ ਹੌਲੀ ਜੀ। ਯਾਨੀ ਕਿ ਕੱਲ੍ਹ ਹੋਰ ਡੇ ਬਾਈ ਡੇ? ਹਾਂਜੀ ਹਾਂ। ਬਸ ਇਹਦਾ ਯਾਨੀ ਕਿ ਫਰਕ ਰੋਜ਼ ਫਰਕ ਪਊਗਾ ਜੀ। ਜੀ। ਅੱਛਾ, ਇਹ ਇਹਦੀ ਮਾਂ ਹੈ ਜੀ? ਹਾਂਜੀ, ਇਹ ਇਹਦੀ ਮਾਂ। ਅੱਛਾ, ਇਹ ਕਿਹੜੇ ਘੋੜੇ ਦੀ ਹੈ ਜੀ? ਇਹ ਦਲ ਸ਼ਿੰਗਾਰ। ਦਲ ਸ਼ਿੰਗਾਰ ਦੀ? ਠੀਕ ਹੈ। ਇਹਦੀ ਹਾਈਟ ਕਿੰਨੀ ਹੈ ਜੀ? ਇਹਦੀ ਹੋਊਗੀ 65+ ਜੀ। 65+। ਠੀਕ ਹੈ ਜੀ। ਅੱਛਾ ਜੀ, ਆਪਣੇ ਫਾਰਮ 'ਤੇ ਟੋਟਲ ਕਿੰਨੇ ਘੋੜਿਆਂ ਵਾਸਤੇ ਰੂਮ ਵਗੈਰਾ ਬਣੇ ਹੋਏ ਆ ਜੀ? ਇਹ 9 ਰੂਮ ਬਣੇ ਹੋਏ ਆ ਜੀ ਆਪਣੇ। ਅੱਛਾ, ਇਹ ਕਿੰਨੇ ਬਾਈ ਕਿੰਨੇ ਦੇ ਰੂਮ ਹੈ ਜੀ? ਅਤੇ ਇਹ 14x14 ਦੇ ਨੇ ਜੀ। 14x14 ਦੇ। ਇਸ ਫਾਰਮ ਦੇ ਨੇੜੇ ਕਿਹੜਾ ਸ਼ਹਿਰ ਹੈ ਜੀ? ਇਹ ਆਪਣਾ ਰੈਕੋਟ ਯਾਨੀ ਕਿ ਰੋਡ ਵੱਜਦਾ ਆਪਣੇ ਨਾਲ ਆ ਜਿਹੜਾ। ਹਾਂਜੀ, ਰੈਕ ਰੋਡ ਜੀ। ਜੇ ਆਪਾਂ ਜ਼ਿਆਦਾਤਰ ਕਈ ਬੰਦੇ ਨਹੀਂ ਹੁੰਦਾ, ਮੇਲਾ ਸਪਾਰ ਤੋਂ ਆਪਣਾ 8 ਕਿਲੋਮੀਟਰ 'ਤੇ ਹੈਗਾ। ਠੀਕ ਹੈ। ਮੇਲਾ ਸਪਾਰ ਦਾ ਨਾ ਇੱਥੋਂ ਆਪਣੇ 8 ਕਿਲੋਮੀਟਰ ਹੀ ਆ। ਬ੍ਰੇਕ ਰੈਕੋਟ ਤੋਂ ਆਪਣਾ 15 ਕਿਲੋਮੀਟਰ ਪੈਂਦਾ ਜੀ। 15 ਕਿਲੋਮੀਟਰ? ਹਾਂਜੀ ਹਾਂਜੀ। ਠੀਕ ਹੈ ਜੀ। ਅਤੇ ਬਾਈ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਅਤੇ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ। ਤੁਹਾਡਾ ਵੀ ਧੰਨਵਾਦ ਜੋ ਕੀਮਤੀ ਸਮਾਂ ਕੱਢ ਕੇ ਸਾਨੂੰ। ਅਤੇ ਬਾਈ ਜੀ, ਇੱਕ ਵਾਰ ਨਾ ਵੀ ਤੁਸੀਂ ਆਪਣਾ ਨੰਬਰ ਜ਼ਰੂਰ ਦਿਓ, ਜੇ ਕਿਸੇ ਵੀਰ ਸੱਜਣ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਈ, ਜਾਣਕਾਰੀ ਲੈਣੀ ਹੋਈ। ਹਾਂਜੀ, ਮੇਰਾ ਕੰਟੈਕਟ ਨੰਬਰ ਹੈਗਾ 97818 ਜੀ 19627। ਇੱਕ ਵਾਰ ਹੋਰ ਬੋਲ ਦਿਓ, 97818 19627 ਜੀ।